ਤੁਸੀਂ ਦੇਖ ਰਹੇ ਹੋ ਜੀ ਅੰਬੇਡਕਰ ਮਿਸ਼ਨ ਨਿਊਜ਼ ਚੈਨਲ ਮਾਛੀਵਾੜਾ ਸਾਹਿਬ ਦੇ ਕਮਿਊਨਿਟੀ ਸੈਂਟਰ ਵਿਖੇ ਸਵਰਗੀ ਸਰੂਪ ਸਿੰਘ ਸਾਬਕਾ ਐਮ ਸੀ ਦੇ ਭੋਗ 'ਤੇ ਵਿਸ਼ੇਸ਼ ਤੌਰ 'ਤੇ ਪਹੁੰਚੇ ਰਾਜ ਸਭਾ ਐਮ ਪੀ ਸ਼ਮਸ਼ੇਰ ਸਿੰਘ ਦੁੱਲੋਂ। ਉਹਨਾਂ ਦੇ ਨਾਲ ਸਮਰਾਲਾ ਹਲਕੇ ਦੇ ਐਮ ਐਲ ਏ ਅਮਰੀਕ ਸਿੰਘ ਢਿੱਲੋਂ, ਨਗਰ ਕੌਂਸਲ ਪ੍ਰਧਾਨ ਸੁਰਿੰਦਰ ਕੁੰਦਰਾ, ਇੰਦਰਾ ਕਲੋਨੀ ਤੋਂ ਐਮ ਸੀ ਅਮਰਜੀਤ ਕਾਲਾ, ਕੁਲਵਿੰਦਰ ਮਾਣਿਆਲ ਆਦਿ ਮੌਜੂਦ ਰਹੇ। ਸ਼ਮਸ਼ੇਰ ਸਿੰਘ ਦੁੱਲੋਂ ਨੇ ਸਵਰਗੀ ਐਮ ਸੀ ਸਰੂਪ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਅਤੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਵੀ ਸਾਂਝਾ ਕੀਤਾ। ਇਸ ਤੋਂ ਬਾਅਦ ਉਹਨਾਂ ਨੇ ਪ੍ਰੈਸ ਨੂੰ ਵੀ ਸੰਬੋਧਨ ਕੀਤਾ। ਮਾਛੀਵਾੜਾ ਸਾਹਿਬ ਤੋਂ ਸੁੱਚਾ ਵੰਗੜ ਦੀ ਰਿਪੋਰਟ। ਕਿਸਾਨੀ ਅੰਦੋਲਨ ਮੈਂ ਕਹਿ ਸਕਦਾ ਵੀ ਹੁਣ ਪੂਰੇ ਭਾਰਤ ਵਰਸ਼ 'ਚ ਹੀ ਨਹੀਂ ਬਲਕਿ ਦੁਨੀਆ ਦੇ ਜਿੱਥੇ ਵੀ ਹਿੰਦੁਸਤਾਨੀ ਬੈਠੇ ਨੇ ਉਹ ਸਾਰੇ ਇਸ ਅੰਦੋਲਨ ਦੇ ਪੱਖ 'ਚ ਨੇ। ਔਰ ਮੋਦੀ ਸਰਕਾਰ ਮੈਂ ਇੱਕ ਡਿਕਟੇਟਰ ਦੇ ਤੌਰ 'ਤੇ ਕੰਮ ਕਰ ਰਹੀ ਹੈ। ਚੰਗਾ ਹੁੰਦਾ ਜੇ ਬਿੱਲ ਬਣਾਉਣ ਤੋਂ ਪਹਿਲਾਂ, ਬਿੱਲ ਪਾਸ ਕਰਨ ਤੋਂ ਪਹਿਲਾਂ ਜੇ ਕਿਸਾਨ ਜਥੇਬੰਦਿਆਂ ਦੀ ਰਾਏ ਲੈ ਲੈਂਦੇ ਤਾਂ ਜਿਹੜਾ ਦੁਖਾਂਤ ਹੋਇਆ ਹੈ, ਧਰਨੇ 'ਤੇ ਲੋਕ ਮਰੇ ਨੇ, ਇੰਨੇ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ, ਇਹ ਨਾ ਹੁੰਦਾ। ਅੱਜ ਮੀਟਿੰਗ ਹੋ ਰਹੀ ਹੈ, ਪਰਮਾਤਮਾ ਸਰਕਾਰ ਨੂੰ ਸਮੱਤ ਦੇਵੇ। ਇਹਨਾਂ ਦੀਆਂ ਜਿਹੜੀਆਂ ਜੋ ਵਿਸ਼ੇ ਦਿੱਤੇ ਨੇ, ਜੋ ਮੰਗਾਂ ਨੇ ਕਿਸਾਨਾਂ ਦੀਆਂ, ਉਹ ਮੰਨਣੀਆਂ ਚਾਹੀਦੀਆਂ। ਇਹਦੇ ਨਾਲ ਪੰਜਾਬ ਦਾ ਵੀ ਭਲਾ ਹੋਊਗਾ, ਦੇਸ਼ ਦਾ ਵੀ ਭਲਾ ਹੋਊਗਾ। ਪਰਮਾਤਮਾ ਮੋਦੀ ਸਰਕਾਰ ਨੂੰ ਸਮੱਤ ਦੇਵੇ, ਇੰਨਾ ਹੀ ਮੈਂ ਕਹਿ ਸਕਦਾ। ਸਰ, ਕੁਝ ਐਮ ਪੀ ਯੰਤਰ ਮੰਤਰ 'ਤੇ ਧਰਨਾ ਲੈ ਕੇ ਬੈਠੇ ਆ, ਤੁਸੀਂ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਜੀ? ਨਹੀਂ, ਚੰਗੀ ਗੱਲ ਹੈ ਤਾਂ ਬੈਠਣਾ ਚਾਹੀਦਾ ਇੱਥੇ। ਇਹ ਤਾਂ ਮੰਤਰੀ ਕੀ ਜਿੰਨੇ ਵੀ ਸੰਤਰੀ ਤੋਂ ਲੈ ਕੇ ਮੰਤਰੀ ਤੱਕ ਸਾਰੇ ਹਮਦਰਦ ਨੇ, ਅਤੇ ਇਹ ਇਕੱਲਾ ਇੱਕ ਕਿਸਾਨ ਦਾ ਨਹੀਂ, ਇਹ 'ਚ ਕਰਿਆਨੇ ਵਾਲੇ ਵੀ ਨੇ, ਇਹ 'ਚ ਜਿਹੜੇ ਗਰੋਸਰੀ ਵਾਲੇ ਦੁਕਾਨ ਵਾਲੇ ਨੇ, ਇੱਕ ਰੇਹੜੀ ਵਾਲਾ ਵੀ ਹੈ, ਇੱਕ ਜਿਹੜਾ ਰਿਕਸ਼ਾ ਪੁਲਰ ਵੀ ਹੈ। ਇੱਕ ਮੂਵਮੈਂਟ ਬਣ ਗਈ ਇਹ ਜਿਹੜੀ ਹੈ, ਇਹ ਕਿਸਾਨਾਂ ਦੀ ਇਕੱਲਿਆਂ ਦੀ ਨਹੀਂ ਗੱਲ ਰਹੀ, ਇਹ ਸਮੁੱਚੇ, ਕਿਉਂਕਿ ਕਿਸਾਨੀ ਨਾਲ ਜੁੜੇ ਹੋਏ ਨੇ। ਕੱਪੜੇ ਵਾਲਾ ਵੀ ਜੁੜਿਆ ਹੋਇਆ, ਗਰੋਸਰੀ ਵਾਲਾ ਵੀ ਆ, ਵਪਾਰੀ ਵੀ, ਆੜ੍ਹਤੀਆਂ ਦਾ ਵੀ ਮਸਲਾ ਹੈ। ਮਸਲੇ ਤਾਂ ਹੈਗੇ ਆ, ਪਰ ਸੈਂਟਰ ਦੀ ਸਰਕਾਰ, ਕਿਉਂਕਿ ਮੈਜੋਰਟੀ ਇੰਨੀ ਆ ਗਈ, ਡਿਕਟੇਟਰ ਬਣਿਆ ਹੋਇਆ ਮੋਦੀ, ਉਹਨੂੰ ਚਾਹੀਦਾ ਜੇ ਲੋਕ ਬਣਾ ਦਿੰਦੇ ਨੇ ਤਾਂ ਲਾਉਣ ਵੀ ਜਾਣਦੇ ਨੇ, ਐਸੀ ਗੱਲ ਨਹੀਂ। ਉਹ ਵੀ ਸਮਾਂ ਆ ਰਿਹਾ। ਸਰ, ਇੱਕ ਲੇਡੀ ਪੱਤਰਕਾਰ ਨਾਲ ਡਿੰਪਾ ਐਮ ਪੀ ਵੱਲੋਂ ਬਦਸਲੂਕੀ ਕੀਤੀ ਗਈ ਸੀ, ਤਾਂ ਤੁਸੀਂ ਉਸ ਬਾਰੇ ਕੀ ਕਹਿਣਾ ਚਾਹੋਗੇ? ਨਹੀਂ, ਉਹ ਦੇਖੋ, ਚੰਗੀ ਗੱਲ ਨਹੀਂ ਹੈ, ਮੈਂ ਤਾਂ ਕੰਡੈਮ ਕਰੂੰਗਾ ਇਸ ਗੱਲ ਨੂੰ। ਚਾਹੇ ਕੋਈ ਵੀ ਜ਼ਿੰਮੇਵਾਰ ਸ਼ਖਸ ਹੈ, ਉਹਨੂੰ ਔਰ ਬਿਹੇਵ ਚੰਗਾ ਹੀ ਕਰਨਾ ਚਾਹੀਦਾ। ਪਰ ਪੱਤਰਕਾਰਾਂ ਨੂੰ ਵੀ ਕਹਾਂਗਾ ਕਿ ਸਰਕਾਰ ਦੇ ਟੂਲ ਵਰਕੇ ਖਬਰਾਂ ਨਾ ਲਾਉਣ, ਜਿਹੜੇ ਅਸਲੀ ਮੁੱਦੇ ਆ ਉਹ ਵੀ ਉਭਾਰਨ। ਇਹ ਦੋਵੇਂ ਪਾਸੇ ਗੱਲਾਂ ਚੱਲਦੀਆਂ ਨੇ।